रेस्टोरेंट में फिल्म बंजारा द ट्रक ड्राइवर की टीम पहुंची इस दौरान बब्बू मान की एक झलक पाने के लिए रेस्टोरेंट के बाहर भीड़ लग गई बब्बू मान ने गाड़ी से बाहर निकलकर सबको प्यार दिया इस दौरान बब्बू मान ने खास बातचीत में क्या कहा आप भी सुने मिले बब्बू मान और हीरोइन श्रद्धा आर्या से। मूवी बंजारा तो सबसे पहले हम मिलते हैं हमारे पंजाब के लेजेंडरी सिंगर मिस्टर बब्बू मान जी से हेलो सर वेलकम टू टाइम पंजाब टीवी सबसे पहले आप ये बताइए आप कितने टाइम बाद लुधियाना आए हैं हिंदी में को पंजाबी सर ਕੋਈ ਪ੍ਰੋਬਲਮ ਨਹੀਂ ਪੰਜਾਬੀ ਬੀਚ ਦਾ ਨਹੀਂ ਮੈਂ ਆਉਂਦਾ ਰਹਣਾ ਲੁਧਿਆਣਾ ਦੇਖੋ ਲੁਧਿਆਣਾ ਤਾਂ ਸਾਡਾ ਜਿੱਦਾਂ ਸੈਂਟਰ ਚ ਪੈਂਦਾ ਨਾ ਇੱਥੋਂ ਸਾਰੇ ਸ਼ਹਿਰ 19 ਦੂਰੀ ਤੇ ਹੈ ਤੋ ਜਦ ਵੀ ਇੱਧਰੋਂ ਨਿਕਲਣਾ ਜਾਂ ਇੱਧਰ ਨਿਕਲਣਾ ਲੁਧਿਆਣਾ ਹੀ ਸੈਂਟਰ ਚ ਪੈਂਦਾ ਹਾਂ ਮੇਰੀ ਪੂਆ ਦਾ ਸ਼ਹਿਰ ਹੈ ਮੇਰੇ ਪੂਆ ਜੇਥੇ ਹੈ ਸਰ ਇੱਕ ਚੀਜ਼ ਹੋਰ ਬਤਾਈਏ ਕਿ ਹਾਂ ਹਮਨੇ ਸੁਣਾ ਹੈ ਕਿ ਆਪਕਾ ਜੋ ਬਰਥ ਨੇਮ ਹੈ ਉਹ ਤੇਜਿੰਦਰ ਸਿੰਘ ਮਾਨ ਹੈ ਤੋ ਬੱਬੂ ਨਾਮ ਕਿਵੇਂ ਪੜਾ ਆਪਕਾ ਦੇਖੋ ਤੇਜਿੰਦਰ ਸਿੰਘ ਜਿਹੜਾ ਨਾ ਸਿੰਘ ਸ਼ਬਦ ਬਣਿਆ ਵਾਰੀਅਰਸ ਲਈ ਜਿਹੜੇ ਕਿਸੇ ਦੀ ਹਿਫਾਜ਼ਤ ਕਰਦੇ ਸੀ ਜਿਹੜੇ ਰਣ ਚ ਜੂਝਦੇ ਸੀ ਜਿਹੜੇ ਬੱਚਿਆਂ ਤੇ ਲੜਕੀਆਂ ਨੂੰ ਛਡਵਾ ਕੇ ਲਿਆਉਂਦੇ ਸੀ ਸੋ ਮੈਂ ਮੈਂ ਸ਼ਾਇਦ ਇਸ ਕਰਕੇ ਕਿਉਂਕਿ ਗਾਉਣ ਵੇਲੇ ਇਹ ਇੱਕ ਪੇਸ਼ਾ ਅਲੱਗ ਤਰ੍ਹਾਂ ਦਾ ਹੈ ਨੱਚਣਾ ਗਾਉਣਾ ਇਹ ਅਲੱਗ ਮਸਤੀ ਹੈ ਤੋਂ ਮੈਂ ਬੱਬੂ ਠੀਕ ਹੈ ਸਰ ਆਪਨੇ 7 ইয়ার্স ਦੀ এজ মে ਸਭ ਤੋਂ ਪਹਿਲਾ ਆਈ ਥਿੰਕ ਆਪਣਾ ਸਟੇਜ ਪਰਫੋਰਮੈਂਸ ਦਿਆ ਥਾ ਤੁਸੀਂ ਉਹ ਕਿਪੀ ਅੱਛਾ ਉਸ ਤੋਂ ਵੀ ਪਹਿਲੇ ਸੈਡਾ ਕੀ ਸੀ ਇਹਦੀ ਇਹਦੇ ਜਿੱਦਾਂ ਆਪਣਾ ਹੁਣੇ ਆਏ ਸੀ ਨਾ ਕਿੱਡ ਛੋਟਾ ਜਾਂ ਬਸ ਜਿੱਦਾਂ ਤੋਤਲੇ ਜੇ ਬੋਲਦੇ ਉਹਦੋਂ ਹੀ ਸ਼ੁਰੂ ਕਰਤਾ ਸੀ ਗੋਣਾ ਤਾਂ ਆਪਕੋ ਕਿਸ ਨੇ ਮੋਟੀਵੇਟ ਕੀ ਆਪਕੇ ਪੇਰੈਂਟਸ ਨੇ ਕਦੇ ਵੀ ਨਹੀਂ ਨਾ ਉਹ ਤਾਂ ਨੂੰ ਪਤਾ ਹੀ ਨਹੀਂ ਸੀ ਸਾਡੇ ਦੇਖੋ ਅਸੀਂ ਪਿੰਡਾਂ 'ਚ ਜੰਮੇ ਪੜੇ ਸਾਡੇ ਪਿੰਡਾਂ 'ਚ ਪਬਲਿਕ ਸਕੂਲ ਵੀ ਹੁੰਦੇ ਆ ਅੰਗਰੇਜ਼ੀ ਵੀ ਸਾਨੂੰ ਪੜਾਉਂਦੇ ਆ ਪਰ ਅਸੀਂ ਜਦੋਂ ਆਪਸ 'ਚ ਅੰਗਰੇਜ਼ੀ ਬੋਲਦੇ ਸੀ ਤਾਂ ਦੂਜਾ ਗਾਲਾਂ ਕੱਢਦਾ ਸੀ ਵੀ ਅੰਗਰੇਜ਼ੀ ਕਦੇ ਬੋਲਦਾ ਸਾਨੂੰ ਤਾਂ ਹੁਣ ਪਤਾ ਲੱਗਿਆ ਅੰਗਰੇਜ਼ੀ ਜ਼ਰੂਰੀ ਹੈ ਅਸੀਂ ਤਾਂ ਬਹੁਤ ਸਾਲ ਬੋਲੀ ਸਿੱਖੀ ਨਹੀਂ ਚਾਜਣਾ ਤਾਂ ਫੈਮਲੀ ਨੇ ਕਦੇ ਨਹੀਂ ਇਦਾਂ ਨਹੀਂ ਕਿ ਸੋਚਿਆ ਨਹੀਂ ਸੀ ਸਪੋਰਟ ਕਰਿਆ ਕਿਉਂਕਿ ਦੇਖੋ ਫੈਮਲੀ ਪੇਸ਼ਾ ਸੀ ਟਰੱਕਾ ਟਰੱਕਾਂ ਦਾ ਤਾਂ ਜਾਂ ਪੰਜਾਬੀ ਬਾਹਰ ਨੂੰ ਭਾਈਦੇ ਤਾਂ ਉਹਨਾਂ ਦਾ ਤਾਂ ਇਹੀ ਥਾਟ ਸੀ ਕਿ ਜਾਂ ਤਾਂ ਤੁਸੀਂ ਆਪ ਦਾ ਟਰੈਕਟਰ ਉਕਾ ਪਾ ਲ ਗੌਰ ਨੂੰ ਕਦੇ ਉਸ ਨਾਲ ਤਰਜੀ ਨਹੀਂ ਦਿੱਤੀ ਉਹਨਾਂ ਨੂੰ ਸਿਰ ਇੱਕ ਚੀਜ਼ ਹੋਰ ਪੁੱਛਿਆ ਆਪਕੀ ਇੱਕ ਮੂਵੀ ਜੋ ਹਵਾਏ ਰਿਲੀਜ਼ ਹੋਈ ਸੀ ਬਟ ਉਹ ਯਹਾਂ ਪੇ ਰਿਲੀਜ਼ ਨਹੀਂ ਹੋਈ ਕੁਝ ਕੰਟਰੋਵਰਸਿਸ ਹੋ ਗਈ ਸੀ ਤਾਂ ਐਸਾ ਕਿਉਂ ਮਤਲਬ ਕੰਟਰੋਵਰਸਿਸ ਰਿਲੀਜ਼ ਹੋਈ ਹੈ ਬਟ ਉਸ ਟਾਈਮ ਹੋਇਆ ਤਾਂ ਕੁਝ ਕੰਟਰੋਵਰਸਿਸ ਹੋਈ ਸੀ ਕੰਟਰੋਵਰਸੀ ਦੇਖੋ ਜਦੋਂ ਹਕੀਕਤ ਦਿਖਾਓਗੇ ਤੁਸੀਂ ਸਕਰੀਨ ਤੇ ਤਾਂ ਫਿਰ ਚੀਕਾਂ ਵੱਜਦੀਆਂ ਸੋ ਹਕੀਕਤ ਸੀ ਉਹ 84 ਇੱਕ ਸੱਚ ਹੈ ਜਿਹੜਾ ਵਾਪਰਿਆ ਨਜਾਇਜ਼ ਬੰਦਿਆਂ ਦੇ ਗਣਾ ਚ ਪਾਕੇ ਟਾਇਰ ਹੈ ਨਾ ਉਨੇ ਜੈਸੇ ਉਹਦੇ ਤੇ ਬਣਾਈ ਸੀ ਬੜੀ ਜੁਰਤ ਨਾਲ ਬਣਾਈ ਆ ਔਰ ਇੱਕ ਠੋਕ ਕੇ ਬਣਾਈ ਹੈ ਚੰਗਾ ਲੱਗਿਆ ਸਾਨੂੰ ਔਰ ਅਸੀਂ ਉਹਦੇ ਲਈ ਹਰ ਤਰ੍ਹਾਂ ਦੀ ਕਾਨੂੰਨੀ ਫਾਈਟ ਲਈ ਵੀ ਤਿਆਰ ਸੀ ਔਰ ਰਿਲੀਜ਼ ਹੋਈ ਹੈ ਪੰਜਾਬ ਵਿੱਚ ਬਕਾਇਦਾ ਔਰ ਬਹੁਤ ਪਿਆਰ ਵੀ ਮਿਲਿਆ ਸਰ ਇੱਕ ਚੀਜ਼ ਹੋਰ ਬਤਾਈਏ ਜਿਵੇਂ ਅਸੀਂ ਪੋਸਟਰ ਦੇਖ ਰਹੇ ਹਾਂ ਇਸ ਵਿੱਚ ਆਪਕੇ 3 ਰੋਲਸ हमें ਵਿਜੀਬਲ ਹੋ ਰਹੇ ਆ ਆਨੇ ਵਾਲੀ ਮੂਵੀ ਮੇ ਤੋ ਉਹ ਕਿਸ ਟਾਈਪ ਕੇ ਰੋਲਸ ਹੈ ਮਤਲਬ ਉਹ ਉਸਕੇ ਬਾਰੇ ਮੇ ਕੁਝ ਕਹਾਈਏ ਜਿਹੜਾ ਫਿਲਮੀ ਰੋਲ ਹੁੰਦਾ ਹੈ ਇਹ ਕਹਾਣੀ ਤੇ ਨਿਰਭਰ ਕਰਦਾ ਹੈ ਕਹਾਣੀ ਕਿਦਾਂ ਦੀ ਹੈ ਉਹਦਾ ਉਹਨਾਂ ਚ ਬਸ ਇੱਕ ਵਖਰੇਵਾ ਚਾਹੀਦਾ ਤਾਂ ਕਿ ਦੇਖਣ ਨੂੰ ਆਨੰਦ ਆਵੇ कोई वखरे में और ये कोई औखा या महान नहीं। काम नहीं। ਤੁਸੀਂ ਵੀ ਕਰ ਸਕਦੇ ਹੋ ਅਦਾ ਕਰੀ। एवरीवन कैन डू। ਸਰ ਇਸ ਮੂਵੀ ਮੇ ਐਕਸਪੀਰੀਅੰਸ ਕੈਸਾ ਰਹਾ ਆਪਕਾ ਸਪੈਸ਼ਲੀ ਇਤਨੀ ਗਾਰਜੀਅਸ ਦੀਵਾ ਮਿ ਸ਼ਰਧਾ ਆਰਿਆ ਕੇ ਸਾਥ। ਸ਼ਰਧਾ ਨੇ ਬਹੁਤ ਅੱਛਾ ਕੰਮ ਕੀਤਾ ਹੈ। ਔਰ ਸਾਡਾ ਡਾਇਰੈਕਟਰ ਵੀ ਬਹੁਤ ਚੰਗਾ ਬੜਾ ਕੂਲ ਸੀ। ਹੁੰਦਾ ਇਹ ਸਾਡੀ ਟੀਮ ਥੋੜੀ ਜਿਹੀ ਸਲੋ ਸੀ। 10 ਵਜੇ ਵਾਲਾ ਕੰਮ 4 ਵਜੇ ਹੁੰਦਾ ਸੀ ਕਈ ਵਾਰੀ। ਪਰ ਐਨੀਓ ਫਿਰ ਜਦੋਂ ਦੇਖੋ ਜਦੋਂ ਇੱਕ ਪੰਜਾਬੀ ਦੀ ਕਹਾਵਤ ਹੈ ਜੋ ਝਾਂਜਰਪਾਲੀ ਫਿਰ ਸੰਗ ਕਰਦੀ ਹੈ ਨਾ ਤੇ ਜਦੋਂ ਆਪਾਂ ਕੋਈ ਫਿਲਮ 'ਚ ਕੰਮ ਕਰਨੇ ਦੀ ਹਾਂ ਕਰ ਦਿੰਦੇ ਆ ਫਿਰ ਉਹਨੂੰ ਕੰਪਲੀਟ ਕਰਨੇ ਪੈਂਦਾ ਸਾਨੂੰ ਥੋੜਾ ਇਸ ਕਰਕੇ ਵਕਤ ਵੀ ਜ਼ਿਆਦਾ ਲੱਗ ਗਿਆ ਜਿਹੜਾ ਕੰਮ ਅਸੀਂ 6 ਮਹੀਨੇ 'ਚ ਕਰਨਾ ਸੀ ਉਹਨੂੰ ਡੇਢ ਸਾਲ ਲੱਗ ਗਿਆ ਤਾਂ ਅੱবি ਜਿਵੇਂ ਮੈਮ ਇਤਨਾ ਹਸਾ ਰਹੇ ਹੈ ਸੈੱਟ 'ਤੇ ਵੀ ਇਨਕਾ ਬਿਹੇਵੀਅਰ ਐਸੀ ਹੀ ਥਾ ਹਾਂ ਬੜਾ ਇਹ ਤਾਂ ਬੜੇ ਅੰਦਾਜ਼ ਬੜਾ ਅੱਛਾ ਹੈ ਸ਼ਰਦਾ ਦਾ ਉਹਨਾਂ ਦਾ ਵੀ ਐਸੇ ਬਹੁਤ ਅੱਛਾ ਹੈ ਹਸਦੀ ਵੀ ਬਹੁਤ ਹੈ ਤੇ ਇਹਦਾ ਇੱਕੋ ਡਿਮਾਂਡ ਹੁੰਦੀ ਸੀ ਖਾਣੇ ਕੋ ਕਿਆ ਹੈ ਸਟਾਰਬਕੀ ਖਾਂਦੀ ਇਹ ਵੀ ਪ੍ਰੋਬਲਮ ਸੀ ਉੱਤੇ ਕਿਉਂਕਿ ਕੈਨੇਡਾ ਕੀ ਹੈ ਨਾ ਜਿਹੜੇ ਫੂਡ ਜੁਆਇੰਟ ਆ ਅਲੱਗ-ਅਲੱਗ ਤਰ੍ਹਾਂ ਦੇ ਆ ਬਟ ਜਿੱਦਾਂ ਤੁਹਾਡਾ ਕਈ ਵਾਰੀ ਬ੍ਰਾਂਡ ਬਣ ਜਾਂਦਾ ਮੈਨੂੰ ਆ ਚੰਗਾ ਲੱਗਦਾ ਸੋ ਕਈ ਵਾਰੀ ਜਿੱਥੇ ਅਸੀਂ ਸ਼ੂਟ ਕਰਦੇ ਹੁੰਦੇ ਸੀ ਉੱਥੇ ਸਟਾਰਬਕ ਨੇੜੇ ਨਹੀਂ ਸੀ ਹੁੰਦਾ ਕਿਉਂਕਿ ਉਹ ਅਮਰੀਕਨ ਚੇਨ ਇੱਥੇ ਕੱਟ ਸੀ ਜੈਸੇ ਆਪਕੀ ਐਲਬਮ ਸਾਈਦੀ ਸੌਂਦੀ ਜੜੀ ਬਹੁਤ ਜ਼ਿਆਦਾ ਫੇਮਸ ਹੋ ਗਿਆ ਨਾ ਹੁਣ ਆਨਲਾਈਨ ਹੋ ਗਿਆ ਕੀ ਹੈ ਕਿ ਉਨਾ ਹੀ ਵਿਕਦਾ ਮਿਊਜ਼ਿਕ ਬਟ ਹੁਣ ਮਤਲਬ ਵਿਕਦਾ ਨਹੀਂ ਮਤਲਬ ਫ੍ਰੀ ਸੁਣਿਆ ਜਾਂਦਾ ਸੋ ਕੀ ਹੁੰਦਾ ਨਾ ਜਦੋਂ ਤੁਸੀਂ ਪੜ੍ਹਦੇ ਹੋ ਹੁੰਦੇ ਥੋੜੇ ਕੋ ਵਕਤ ਹੁੰਦਾ ਸੰਗੀਤ ਸੁਣਨ ਦਾ ਹੁਣ ਤੁਹਾਡੀ ਜਿਹੜੀ ਜ਼ਿੰਦਗੀ ਉਹ ਪੇਸ਼ੇ ਚ ਆ ਗਈ ਤੁਸੀਂ ਉੱਥੇ ਖੜ ਜਾਂਦੇ ਹੋ ਮੈਂ ਜਦੋਂ ਰਫੀ ਸਾਹਿਬ ਦੇ ਗਾਣੇ ਸੁਣਦਾ ਸੀ ਮੈਂ ਉੱਥੇ ਖੜ ਖੜ ਗਿਆ ਤਾਂ ਮੈਨੂੰ ਜਦ ਵੀ ਜਿਮ ਕਰਦਾ ਤਾਂ ਮੈਂ ਉਹਨਾਂ ਦੇ ਗਾਣੇ ਸੁਣਦਾ ਹੈ ਜਿਹੜੇ ਪੁਰਾਣੇ ਫਿਲਮੀ ਆ ਜਾਂ ਸਾਡੇ ਪੁਰਾਣੇ ਪੰਜਾਬੀ ਆ ਅ ਨਰੂਲਾ ਸਾਹਿਬ ਨੇ ਜਿਹੜੇ ਕੰਪੋਜ਼ ਕੀਤੇ ਆ ਮਾਂ ਸਰੇਂਦਰ ਕੌਰ ਦੇ ਗਾਣੇ ਹਨ ਮੈਂ ਅੱਜ ਵੀ ਉਹੀ ਸੁਣਦਾ ਕਿਉਂਕਿ ਮੈਂ ਉੱਥੇ ਖੜਾ ਹਾਂ ਆਏ ਨਹੀਂ ਕਿ ਅੱਜ ਨਹੀਂ ਗਾਣੇ ਅੱਛੇ ਆਉਂਦੇ ਬਹੁਤ ਅੱਛੇ ਆਉਂਦੇ ਐ ਇਦਾਂ ਹੀ ਤੁਸੀਂ ਵੀ ਉੱਥੇ ਖੜ੍ਹ ਜਾਂਦੇ ਹੋ ਹੁਣ ਤੁਹਾਡੇ ਕੋਲ ਰਜੇਵੇਂ ਇੰਨੇ ਆ ਔਰ ਤੁਸੀਂ ਬੱਬੂ ਮਾਨ ਐਪ ਡਾਊਨਲੋਡ ਕਰਾ ਤੁਹਾਡੇ ਕੋਲ ਐਂਡਰੋਇਡ ਹੈ ਕਿ ਤੁਹਾਡੇ ਕੋਲ ਦੂਜਾ ਹੈ हाँ बस एप तो डाउनलोड करना एक्चुअली दी दी गाने नहीं देते अब तो क्या करें मैं तो कल को कर देता हूँ रिकॉर्ड आप एक परमिशन लेके दे दीजिए सरकार से तो कब्जे का बाप बना देंगे <laughs> तो मैं चाहता हूँ कि नहीं इसीलिए क्या कि आजकल कल संगीत बिखर गया ਬਤਲ ਜਿਵੇਂ ਆਪ ਆਪਣੀ ਫੇਸਬੁੱਕ 'ਤੇ ਬਿਜ਼ੀ ਆ ਆਪਕੇ ਆਪਣੇ ਦੋਸਤ ਹੈ ਆਪਣੀ ਦੁਨੀਆ ਹੈ ਔਰ ਜਿਵੇਂ ਆਪ ਜਰਨਲਿਜ਼ਮ 'ਚ ਹੈ ਤੋ ਆਪ ਇਸੀ 'ਚ ਇਤਨਾ ਖੋ ਜਾਤੇ ਆ ਕਾਮ 'ਚ ਯੂ ਡੋਨਟ ਹੈਵ ਟਾਈਮ ਟੂ ਵਾਚ ਨਾ ਤੋ ਗਾਣੇ ਉਦਹੀਂ ਆਉਣੇ ਤੁਸੀਂ ਹੁਣ ਜਾ ਕੇ ਇੱਕ ਸੀ ਪਾਗਲ ਦੇ ਗਾਣੇ ਸੁਣਨੇ ਆ ਬੰਗਾਰਾ ਦੇ ਗਾਣੇ ਸੁਣਨੇ ਆ ਫਿਰ ਤੁਸੀਂ ਸੁਣ ਕੇ ਸਾਨੂੰ ਦੱਸਣਾ ਵੀ ਤੁਹਾਨੂੰ ਚੰਗੇ ਲੱਗੇ ਕਿ ਨਹੀਂ ਸਰ ਇੱਕ ਚੀਜ਼ ਔਰ ਬਤਾਈਏ ਕਿ ਪੰਜਾਬੀ ਮੂਵੀਜ਼ 'ਚ ਜਿਵੇਂ ਅੱਜ ਅਸੀਂ ਦੇਖਦੇ ਆ ਕਾਮੇਡੀ ਕੋ ਜ਼ਿਆਦਾ ਲਾਈਕ ਕੀਤਾ ਜਾਂਦਾ ਹੈ ਤੋ ਆਪਕੇ ਅਕੋਰਡਿੰਗ ਕਾਮੇਡੀ ਹੈ ਨੇ ਮੈਂ ਪਹਿਲੇ ਹੀ ਦੱਸ ਦਵਾਂ ਕਿਉਂਕਿ ਮੈਂ ਇਹ ਤੁਹਾਨੂੰ ਕਹਾ ਵੀ ਕਮਾਲ ਦੀ ਕਮੇਡੀ ਹੈ ਤੁਸੀਂ ਕਮੇਡੀ ਦੇਖਣ ਆ ਜਾਓ ਬਾਅਦ ਵਿੱਚ ਮੈਨੂੰ ਕਿੱਲੋ ਨਹੀਂ ਨਹੀਂ ਫਿਰ ਮੁੜ ਕੇ ਗਾਲ੍ਹਾਂ ਕੱਢੋਗੇ ਫੇਸਬੁੱਕ ਤੇ ਜਿੱਦਾਂ ਮੈਂ ਦੇਖਦਾ ਕਿ ਕੱਲ੍ਹ ਇੱਕ ਅਖਬਾਰ ਨੇ ਖਬਰ ਲਾਤੀ ਕੱਲ ਅਸੀਂ ਆਪਣੇ ਕੱਪੜਿਆਂ ਦਾ ਸਟੋਰ ਖੋਲਣ ਗਏ ਸੀ ਨਾ ਕਰਤਾਰਪੁਰ ਆਪਣੇ ਕਪੂਰਥਲਾ ਸਾਹਿਬ ਤਾਂ ਕਪੂਰਥਲੇ ਜਿੱਥੇ ਅਸੀਂ ਗਏ ਸੀ ਤਾਂ ਉੱਥੇ ਚੌਣ ਵਾਲੇ ਆ ਜਾਂਦੇ ਆ ਓਕੇ ਬਈ ਥੋੜਾ ਜਿਹਾ ਰਸ਼ ਹੋ ਜਾਂਦਾ ਟ੍ਰੈਫਿਕ ਥੋੜੀ ਜਿਹੀ ਬਲੌਕ ਹੋ ਗਈ ਤਾਂ ਉੱਥੇ ਇੱਕ ਅਖਬਾਰ ਨੇ ਖਬਰ ਲਾਈ ਕਿ ਹੰਗਾਮਾ ਹੋਇਆ ਮੈਨੂੰ ਤਾਂ ਕਿਤੇ ਦਿਖਿਆ ਨਹੀਂ ਹੰਗਾਮਾ ਮੈਂ ਤਾਂ ਬੜਾ ਆਰਾਮ ਨਾਲ ਨਿਕਲਿਆ ਸੋ ਕਈ ਵਾਰੀ ਗੱਲ ਕੁਝ ਹੋਰ ਹੁੰਦੀ ਆ ਬਣ ਕੁਝ ਹੋਰ ਜਾਂਦੀ ਆ ਥੈਂਕ ਯੂ ਸਰ ਤਾਂ ਚਲिए अब आपको मिलवाते हैं गॉर्जियस दिवा फॉर बॉलीवुड इंडस्ट्री वी मस्ट से शी इज एन एलिगेंट कॉम्बो ऑफ गॉर्जियस लुक्स ਕਮੈਂਡੇਬਲ ਐਕਟਿੰਗ ਐਂਡ ਗੋਡ आई वी डोंट है अबाउट यू मैम फर्स्ट ऑफ ऑल आप ये बताइए आप मॉडलिंग लाइन में कब से आए 2006 थाउजेंड सिक्स से एक रियलिटी शो से मैं आई थी कंटेस्टेंट थी जी सी की खोज की और उन्हीं ने मुझे बॉम्बे वही बॉम्बे ले आया वरना मैं तो अपने आप बॉम्बे भी कभी नहीं आना था क्योंकि मन तो था लेकिन ऐसा नहीं था कि कोई ले आए सो सिंस देन आई एम योर और बस तब से चल रहा है मैम आप इतने म्यूज़िक एल्बम्स में काम कर चुके हैं वो एक्सपीरियंस इतनी एड फिल्म में आप काम कर चुके हैं इतनी फेमस पर्सनैलिटीज़ के साथ तो कैसा एक्सपीरियंस रहता है आपका बॉलीवुड इंडस्ट्री में एक्सपीरियंस <laughs> जैसा यहाँ पे रहा जैसा इस शूटिंग में रहा जैसा हर शूट पे जैसा मैं रोज़ शूट करती हूँ वैसा ही कई बार कुछ को एक्टर्स कुछ कंपेनियंस जैसे मिल जाते हैं कि बहुत ज़्यादा ही इंजॉयल रहती है शूट अदरवाइज uh, uh, अपना काम मुझे पसंद है एक्टिंग तो मैं इंजॉय करती हूँ जो भी शूट करती हूँ एक चीज़ और मैम जो आप एक्टिंग अभी आपका सीरियल आता है कुंडली भाग्य <laughs> उसके बाद प्रीता को तो आई थिंक हर कोई जानता है और बहुत बहुत अप्रीशिएटिंग वर्क है इसमें आपका हर कोई बहुत प्यार करता है तो रियल लाइफ में आप कितने सिमिलर सीमिल, हैं प्रीता के करेक्टर से एक्चुअली uh, मेरी एक uh, उसमें तो आप लड़ते ही रहते हैं फाइटिंग मूड पे रहते हैं हमेशा बट आई थिंक मेरी एक ख़राब बात है अच्छी एक है ख़राब बात है कि मैं जो भी कैरेक्टर प्ले करती हूँ वो किसी ना किसी पॉइंट पे जाके उसे अपने से मिला देती हूँ कहीं ना कहीं थोड़ा सा सो so, प्रीता भी बहुत ज़्यादा थोड़ी बहुत श्रद्धा जैसी है इन टर्म्स ऑफ गलत बात नहीं सुनती <laughs> वापस झगड़ा करना ही करना है और आ, पर ऑब्वियसली क्योंकि वो रोल इस तरह के वो बहुत ज़्यादा सिंपल और आ, एक क्या कहता है उसे सिंपल ही कहेंगे बहुत ज़्यादा सिंपल और उतनी शायद सिंपल नहीं हूँ मैं शेयर योर फीलिंग्स वाई वर्किंग इन पंजाबी मूवी शायद मैंने ये बहुत मांगा था आई विश्ड फॉर इट लॉट और तब ये पूरा हुआ Uh, मेरा बहुत दिल था कि मैं पंजाबी फिल्म में करूँ उसमें डेब्यू करूँ और इस इंडस्ट्री को भी मतलब देखूँ नज़दीक से और फिर ये फिल्म वर्कआउट हो गई और एक्सपीरियंस भी अच्छा रहा और अब रिलीज़ हो रही है सो इट ऑल फील्स लाइक अ ड्रीम थैंक यू सो मच मैम थैंक यू सो मच सर फॉर गिविंग अस योर प्रेशियस टाइम तो ये थे हमारे साथ अपकमिंग स्टारकास्ट जो अभी उनकी मूवी आ रही है बंजारा रिलीज होने जा रही है सेवन दिसंबर 2018 को तो प्लीज़ आप सब जाइए और ढेर सारा प्यार दीजिए इस मूवी को कैमरामैन अमनदीप के साथ शिप्रा पसरीजा टाइम्स पंजाब टीवी